ਸਾਡੇ ਨਾਲ ਅੱਜ ਪੰਜਾਬ ਦੇ ਜਿਹੜੇ ਬਹੁਤ ਚੰਗੇ ਅਤੇ ਉੱਘੇ ਸੋਸ਼ਲ ਐਕਟੀਵਿਸਟ ਇਨਵਾਇਰਮੈਂਟਲੀ ਸਰਦਾਰ ਗੁਰਪ੍ਰੀਤ ਸਿੰਘ ਚੰਦਵਾਜਾ ਅਤੇ ਉਹਨਾਂ ਦੇ ਨਾਲ ਸਾਥੀ ਇੱਥੇ ਆਏ ਨੇ ਫਰੀਦਕੋਟ ਤੋਂ, ਅਤੇ ਜਿਹੜੀ ਗੁਰੂ ਨਾਨਕ ਸੈਕਰਡ ਫੋਰੈਸਟ ਪਹਿਲੀ ਬਣ ਰਹੀ ਹੈ, ਵੀਰ ਜੀ ਤੁਹਾਡਾ ਇਹਦੇ ਬਾਰੇ ਕੀ ਰਿਫਲੈਕਸ਼ਨ ਹੈ? ਤੁਹਾਨੂੰ ਕੀ ਲੱਗਦਾ ਵੀ ਇਹ ਤਰੀਕਾ ਕਿਸ ਤਰ੍ਹਾਂ ਪੰਜਾਬ ਨੂੰ ਅੱਗੇ ਸੇਧ ਦੇ ਸਕਦਾ, ਇਹ ਤਰੀਕੇ ਬਾਰੇ ਵੀ ਦੱਸੋ? ਭਾਈ ਸਾਹਿਬ, ਜਿਹੜੀ ਚੀਜ਼ ਇਹ ਤਕਨੀਕ ਆ ਪਹਿਲੀ ਵਾਰ ਦੇਖੀ ਆ, ਬੜਾ ਮਨ ਖੁਸ਼ ਹੋਇਆ। ਅਸੀਂ ਪਿਛਲੇ 7-8 ਸਾਲਾਂ ਤੋਂ ਬੂਟੇ ਤਾਂ ਲਾ ਰਹੇ ਹਾਂ, ਚਲੋ ਬੂਟੇ ਲੱਗੇ ਵੀ ਇਹ ਚਲਾਏ ਵੀ ਆ, ਪਰ ਆ ਜਿਹੜੀ ਆ ਨਵੀਂ ਤਕਨੀਕ ਆ, ਇਹ ਥੋੜ੍ਹੀ ਜਗ੍ਹਾ ਦੇ ਵਿੱਚ ਇੰਨੀ ਪ੍ਰਕਾਰ ਦੇ ਬੂਟੇ ਲਾਉਣੇ ਇੱਕ ਜੰਗਲ ਦੇ ਰੂਪ ਦੇ ਵਿੱਚ, ਇਹ ਪਹਿਲੀ ਵਾਰ ਦੇਖਿਆ। ਅਤੇ ਵੀਰ ਜੀ ਹੁਣਿਆਂ ਨੇ ਇਹ ਦੱਸਿਆ ਵੀ ਇਹਦੀਆਂ ਜੋ ਫੋਟੋਆਂ ਪਿਛਲੇ ਸਮੇਂ ਜਿਹੜੇ ਇਹਨਾਂ ਨੇ ਤਜਰਬੇ ਕੀਤੇ ਉਹਦੀਆਂ ਦਿਖਾਈਆਂ, ਬੜੀ ਹੀ ਰੂਹ ਖੁਸ਼ ਹੁੰਦੀ ਆ ਦੇਖ ਕੇ। ਸਾਨੂੰ ਪਿੰਡਾਂ ਦੇ ਸਕੂਲਾਂ ਦੇ ਵਿੱਚ ਮੰਡੀਆਂ ਜਾਂ ਸਟੇਡੀਅਮ ਜਾਂ ਗੁਰੂ ਘਰਾਂ ਦੀ ਕੋਈ ਜਗ੍ਹਾ ਇਸ ਤਰ੍ਹਾਂ ਦੀ ਹੈਗੀ ਵੀ 300 ਗਜ਼ ਜੀ 300 ਗਜ਼, ਸਾਨੂੰ ਇਹ ਤਜਰਬੇ ਜ਼ਰੂਰ ਕਰਨੇ ਚਾਹੀਦੇ ਆ। ਅੱਜ ਗੱਲ ਆਪਾਂ ਕਰਦੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਧਰਤੀ ਹਵਾ ਅਤੇ ਪਾਣੀ ਨੂੰ ਸੰਭਾਲਣ ਲਈ ਸਾਨੂੰ ਇਹੋ ਜਿਹੇ ਯੋਗ ਅਪਰਾਲਿਆਂ ਨਾਲ ਰਲ ਮਿਲ ਕੇ ਹੰਭਲਾ ਮਾਰਨਾ ਚਾਹੀਦਾ, ਇੱਕ ਦੂਜੇ ਨੂੰ ਸਾਥ ਲੈਣਾ ਚਾਹੀਦਾ। ਜਿਹੜੇ ਇਹਨਾਂ ਲੋਕਾਂ ਨੇ ਇਸ 'ਤੇ ਕੰਮ ਕੀਤਾ, ਅਸੀਂ ਉਹਨਾਂ ਤੋਂ ਸੇਧ ਲੈ ਕੇ ਪੰਜਾਬ ਨੂੰ ਹਰਿਆ ਭਰਿਆ ਬਣਾਈਏ। ਉਹੀ ਬਲਿਹਾਰੀ ਕੁਦਰਤ ਦੀ ਗੱਲ ਇੱਥੇ ਹੋਵੇ ਜਿਹੜਾ ਅੱਜ ਪੰਜਾਬ ਨੂੰ ਬਿਮਾਰੀਆਂ ਨੇ ਘੇਰ ਲਿਆ, ਹਰ ਇੱਕ ਪਾਸੇ ਕੋਈ ਐਸਾ ਪਰਿਵਾਰ ਨਹੀਂ ਜਿਸ ਵਿੱਚ ਕੋਈ ਬਿਮਾਰੀ ਨਾ ਹੋਵੇ। ਇਹ ਸਿਰਫ ਸਾਡਾ ਪ੍ਰਦੂਸ਼ਿਤ ਹੋ ਰਿਹਾ ਵਾਤਾਵਰਨ, ਤਿੰਨੇ ਚੀਜ਼ਾਂ ਧਰਤੀ ਹਵਾ ਅਤੇ ਪਾਣੀ, ਅਤੇ ਗੁਰੂ ਸਾਹਿਬ ਸਾਨੂੰ ਕਹਿ ਗਏ ਅਸੀਂ ਨਿੱਤ ਸੁਬਹਾ ਪੜ੍ਹਦੇ ਹਾਂ, ਪਰ ਅਸੀਂ ਇੱਥੇ ਅਮਲ ਨਹੀਂ ਕਰਦੇ। ਸਾਨੂੰ ਗੁਰੂ ਸਾਹਿਬ ਦੇ ਹੁਕਮ ਦੇ ਅਨੁਸਾਰ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ 'ਤੇ ਪਹਿਰਾ ਦੇਣਾ ਪਊਗਾ। ਅੱਜ ਜੋ ਇੱਕੋ ਸਿੱਖ ਵੱਲੋਂ ਜੰਗਲ ਦੀ ਇਹ ਪ੍ਰਕਿਰਿਆ ਦੇਖੀ ਗਈ ਹੈ, ਦੇਖ ਕੇ ਬੜਾ ਹੀ ਮਨ ਖੁਸ਼ ਹੋਇਆ ਕਿ ਉਹ ਇਹ ਸਾਰੇ ਬੜੀ ਹਿੰਮਤ ਕਰਕੇ ਇਸ ਵਾਤਾਵਰਨ ਨੂੰ ਹਰਿਆ ਭਰਿਆ ਬਣਾ ਰਹੇ ਹੈ। ਬਹੁਤ ਹੀ ਵਧੀਆ ਉਪਰਾਲਾ ਹੈ। ਅਸੀਂ ਵੀ ਕੋਸ਼ਿਸ਼ ਕਰਾਂਗੇ ਆਪਣੇ ਵੱਲੋਂ ਕਿ ਆਪਣੇ ਨੇੜੇ ਤੇੜੇ ਜਿੰਨੇ ਵੀ ਸਾਡੇ ਇਲਾਕੇ ਹੈਗੇ ਆ, ਉਸ ਇਲਾਕੇ ਦੇ ਵਿੱਚ ਇਸ ਤਰ੍ਹਾਂ ਦਾ ਪ੍ਰੋਗਰਾਮ ਕੀਤਾ ਜਾਵੇ ਤਾਂ ਜੋ ਸਾਡੇ ਵਾਤਾਵਰਨ ਨੂੰ ਹਰਿਆ ਭਰਿਆ ਬਣਾਇਆ ਜਾ ਸਕੇ। ਗੁਰੂ ਸਾਹਿਬ ਜੀ ਦੇ 550 ਸਾਲਾ ਸ਼ਤਾਬਦੀ ਸਿੱਖ ਕੌਮ ਮਨਾ ਰਹੀ ਆ, ਅਤੇ ਜੇ ਕੋਈ ਵੀ ਪਿੰਡ ਦੇ ਵਿੱਚ ਗੁਰੂ ਸਾਹਿਬ ਦੇ ਯਾਦ ਵਿੱਚ ਸਮਰਪਿਤ ਇਸ ਤਰ੍ਹਾਂ ਜੰਗਲ ਲਾਉਣਾ ਚਾਹੀਦਾ, ਅਤੇ ਵੀਰ ਰਵਨੀਤ ਸਿੰਘ ਜੀ ਹੁਣਾਂ ਨਾਲ ਸੰਪਰਕ ਕਰ ਸਕਦਾ, ਅਸੀਂ ਸਾਰੇ ਰਲ ਕੇ ਮੋਢੇ ਨਾਲ ਮੋਢਾ ਜੋੜ ਕੇ ਪੰਜਾਬ ਨੂੰ ਹਰਿਆ ਭਰਿਆ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।